ਦੋਸਤੋ ਪੰਜਾਬ ਵਿੱਚ ਪਲੋਟ ਜਾਂ ਜ਼ਮੀਨ ਦੀ ਰਜਿਸਟਰੀ ਕਿਵੇਂ ਕਰਾਉਣੀ ਹੈ ਇਸ ਦਾ ਫੁੱਲ ਪ੍ਰੋਸੈਸ ਦੀ ਵੀਡੀਓ ਮੈਂ ਪਹਿਲਾਂ ਆਪਣੇ ਚੈਨਲ ਉੱਤੇ ਬਣਾ ਚੁੱਕਿਆ ਹਾਂ। ਜੇ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਤਾਂ ਉਹ ਪ੍ਰਾਈਵੇਟ ਬਟਨ 'ਤੇ ਉਹ ਵੀਡੀਓ ਸ਼ੋਅ ਕਰ ਰਹੀ ਹੈ ਜਾਂ ਵੀਡੀਓ ਦੇ ਐਂਡ ਵਿੱਚ ਤੁਹਾਨੂੰ ਉਹ ਵੀਡੀਓ ਮਿਲ ਜਾਵੇਗੀ। ਅਤੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਆਪਾਂ ਰਜਿਸਟਰੀ ਦਾ ਔਨਲਾਈਨ ਸਟੇਟਸ ਕਿਵੇਂ ਚੈੱਕ ਕਰ ਸਕਦੇ ਹਾਂ, ਇਹ ਬਣੀ ਹੈ ਜਾਂ ਨਹੀਂ। ਅਤੇ ਸਭ ਤੋਂ ਪਹਿਲਾਂ ਜੋ ਪ੍ਰੋਸੈਸ ਮੈਂ ਆਪਣੇ ਪੀਸੀ 'ਤੇ ਕਰਨੇ ਆ ਸੇਮ ਪ੍ਰੋਸੈਸ ਤੁਸੀਂ ਆਪਣੇ ਮੋਬਾਈਲ 'ਤੇ ਕਰਨਾ ਹੈ। ਅਤੇ ਗੂਗਲ ਵਿੱਚ ਜਾ ਕੇ ਉੱਥੇ ਸਰਚ ਕਰਨਾ ਹੈ PLRS.org.in, ਲਿਖ ਕੇ ਆਪਾਂ ਜਦੋਂ ਸਰਚ ਕਰਾਂਗੇ ਇਹ ਵੈਬਸਾਈਟ ਇਹਨਾਂ ਦੀ ਆਪਸ਼ਨ ਖੁੱਲ ਜਾਵੇਗੀ। ਅਤੇ ਖੁੱਲਣ ਤੋਂ ਬਾਅਦ ਆਪਾਂ ਇੱਥੇ ਆਪਾਂ ਨੂੰ ਗ੍ਰੀਨ ਬਾਕਸ ਵਿੱਚ ਫਰਦ ਨਾਮ 'ਤੇ ਸ਼ੋਅ ਕਰ ਰਿਹਾ, ਇਸ 'ਤੇ ਆਪਾਂ ਕਲਿੱਕ ਕਰ ਲਾਂਗੇ। ਅਤੇ ਕਲਿੱਕ ਕਰਨ ਤੋਂ ਬਾਅਦ ਇੱਥੇ ਉੱਪਰ ਆਪਾਂ ਲੈਂਗੁਏਜ ਚੇਂਜ ਕਰ ਸਕਦੇ ਹਾਂ, ਇੰਗਲਿਸ਼ ਜਾਂ ਪੰਜਾਬੀ, ਆਪਾਂ ਪੰਜਾਬੀ 'ਤੇ ਕਲਿੱਕ ਕਰ ਲਾਂਗੇ। ਅਤੇ ਇਸ ਤੋਂ ਬਾਅਦ ਆਪਾਂ ਇੱਥੇ ਦੇਖ ਸਕਦੇ ਹੋ ਲੈਫਟ ਕੋਰਨਰ ਵਿੱਚ ਆਪਾਂ ਚੈੱਕ ਕਰ ਸਕਦੇ ਹਾਂ ਜਿਹੜਾ ਰਜਿਸਟਰੀ ਤੋਂ ਬਾਅਦ ਇੰਤਕਾਲ ਦੀ ਸਥਿਤੀ, ਅਤੇ ਆਪਾਂ ਕਲਿੱਕ ਕਰ ਲਾਂਗੇ। ਕਲਿੱਕ ਕਰਨ ਤੋਂ ਬਾਅਦ ਹੁਣ ਇਹਨਾਂ ਨੇ ਇੱਥੇ ਇਹ ਪੁੱਛਿਆ ਹੋਇਆ ਕਿ ਤੁਹਾਡੇ ਕੋਲ ਵਸੇਖਾ ਨੰਬਰ ਜਾਂ ਰਜਿਸਟ੍ਰੇਸ਼ਨ ਨੰਬਰ ਜਾਂ ਇੰਤਕਾਲ ਦੀ ਬੇਨਤੀ ਨੰਬਰ ਤੁਹਾਡੇ ਕੋਲ ਹੈ। ਇਹਨਾਂ ਤਿੰਨਾਂ ਤਰੀਕਿਆਂ ਨਾਲ ਤੁਸੀਂ ਆਪਣੀ ਰਜਿਸਟਰੀ ਦਾ ਔਨਲਾਈਨ ਸਟੇਟਸ ਚੈੱਕ ਕਰ ਸਕਦੇ ਹੋ। ਜੇ ਤੁਹਾਡੇ ਕੋਲ ਵਿਸੇਖਾ ਨੰਬਰ ਹੈ ਤਾਂ ਇਹ ਕਲਿੱਕ ਰਹਿਣ ਇੱਥੇ ਰਹਿਣ ਦਿਓ, ਅਤੇ ਕਿਰਪਾ ਕਰਕੇ ਇੱਥੇ ਕਲਿੱਕ ਕਰਕੇ ਅਤੇ ਨੰਬਰ ਚੂਜ਼ ਕਰ ਲਿਓ। ਅਤੇ ਸੋ ਜੇ ਰਜਿਸਟ੍ਰੇਸ਼ਨ ਨੰਬਰ ਤੁਹਾਡੇ ਕੋਲ ਸੇਵ ਹੈ ਤਾਂ ਆਪਾਂ ਰਜਿਸਟ੍ਰੇਸ਼ਨ 'ਤੇ ਕਲਿੱਕ ਕਰਾਂਗੇ, ਅਤੇ ਇੱਥੇ ਆਪਾਂ ਕਰਕੇ ਆਪਣਾ ਜੋ ਵੀ PLRS ਰਜਿਸਟ੍ਰੇਸ਼ਨ ਨੰਬਰ ਦੇ ਅੰਡਰ ਆਉਂਦਾ ਆਪਾਂ ਇੱਥੇ ਕਲਿੱਕ ਕਰਨਾ। ਓਕੇ ਦੋਸਤੋ, ਜੇ ਫਿਰ ਵੀ ਕੋਈ ਦਿੱਕਤ ਆਉਂਦੀ ਹੈ ਤਾਂ ਵੀਡੀਓ ਵਿੱਚ ਕਮੈਂਟ ਕਰੋ, ਮੈਂ ਨੈਕਸਟ ਵੀਡੀਓ ਥੋੜ੍ਹੀ ਪ੍ਰੋਬਲਮ ਨੂੰ ਲੈ ਕੇ ਬਣਾ ਦਿਆਂਗਾ।